ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਠੀਕ ਹੋ ਹੋਸ਼ ਹੋਣਾ ਹਾਸ ਵੀਡੀਓ ਬਣਾ ਰਹਿਮ ਸ਼ਾਹ ਦੇ ਬਾਰੇ ਦੀ ਪਿਛਲੇ ਕੁ ਦਿਨਾਂ ਚ ਛੁੜਿਆ ਰਹਿਮ ਸ਼ਾਹ ਨੂੰ ਮਾਰ ਪਈ ਹੈ ਇੱਕ ਦੋ ਬੀਬੀਆਂ ਨੇ ਕਿਤੇ ਮੋੜੇ ਨਾਲ ਉਹਨੂੰ ਤਸ਼ੱਤਕ ਕੀਤਾ ਮਾਰਿਆ ਤੇ ਮੈਂ ਇਸ ਗੱਲ ਦਾ ਤਜਾਦ ਕਰਨਾ ਵਾ ਕਿ ਯਾਰ ਰਹਿਮ ਸ਼ਾਹ ਇੱਕ ਸ਼ਰੀਫ ਇੰਤਹਾਈ ਚੇਕਾਰ ਬਚੀਏ ਉਹਨਾਂ ਜੋ ਦੋ ਨੰਬਰ ਚੱਕਾਂ ਵੜ ਗਈਏ ਤੇ ਲੇਕਿਨ ਉਹਨੂੰ ਮਾਰ ਪਈ ਹੈ ਮੈਨੂੰ ਬੜੀ ਟੈਨਸ਼ਨ ਹੋਈ ਹੈ ਕਿਉਂ ਉਹ ਗੌਰਮੈਂਟ ਨੂੰ ਪਰੇਸ਼ਾਨ ਕਰਦੀ ਨਹੀਂ ਰੱਬਾ ਲੋ ਨੂੰ ਆਪੇ ਪੈ ਗਈ ਹੈ ਤੇ ਫਿਰ ਵੀ ਮੈਂ ਉਹਦੇ ਨਾਲ ਆ ਸ਼ਾਹ ਕੋ ਚੱਕਰ ਤੂੰ ਅਲਗੁਲਾ ਕੀਤਾ ਹੋਣਾ ਤਾਂ ਤੈਨੂੰ ਮਾਰ ਪਈ ਤੂੰ ਵੀ ਬੰਦੇ ਦੀ ਧੀ ਬਣ ਰਾਮ ਦੇ ਕੰਮ ਛੱਡ ਦੇ ਕਬਰ ਚ ਬੜਾ ਹਨੇਰਾ ਹੀ ਬਾਦ ਆ ਬੰਦੇ ਦੀ ਪੁੱਤਰ ਬਣ ਲੋਕਾਂ ਨੂੰ ਬਲੈਕਮੇਲ ਕਰਨਾ ਛੱਡ ਦੇ ਪੂਰੇ ਗਵਰਨਮੈਂਟ ਦੇ ਬੰਦੇ ਦੁਕਾਨਾਂ ਕੱਟ ਛੜਿਆ ਹੋਵੇ ਬਾਦ ਆ ਬੰਦੇ ਦੀ ਧੀ ਬਣ ਮੈਂ ਤੇ ਤੇ ਖੁਸ਼ ਆ ਤੂੰ ਸਾਬੇ ਕਰਾਮ ਤੂੰ ਸਾਬੇ ਕਰਾਮ ਰਿਪੋਰਟ ਕੀਤੀ ਹੈ ਸਾਬੇ ਕਰਾਮ ਨੂੰ ਤੂੰ ਰਿਪੋਰਟ ਕਰਕੇ ਉਹ ਤੇ ਤੇਰਾ ਰੱਦ ਹੋ ਮਲ ਹੋਵੇ ਇਨਸ਼ਾ ਅੱਲਾਹ ਪਾਕਿਸਤਾਨੀ ਗਵਰਨਮੈਂਟ ਜਰੀਏ ਐਫ ਆਈ ਆਰ ਦਾ ਦਾਰਾ ਬੜਾ ਛ ਹੈ ਤੇਰੀ ਸਪੋਰਟ ਵੀ ਕਰੇਗਾ ਲੇਕਿਨ ਤੂੰ ਵੀ ਬੰਦੇ ਦੀ ਪੁੱਤਰ ਬਣਨਾ ਤੂੰ ਵੀ ਬੰਦੇ ਦੀ ਪੁੱਤਰੀ ਬੰਦੀ ਨਾ ਮੂੰਹ ਮੋਮਨਾ ਕਟੂਰ ਕਾਫਰਾ ਤੇਰੇ ਨੇ ਕੰਮ ਦੇ ਦੋ ਨੰਬਰ ਨੇ ਖੁਲਾਸ ਵੇ ਤੈਨੂੰ ਪੈਣੀਆਂ ਨੇ ਨਾ ਖੋਲ ਤੇ ਤੈਨੂੰ ਤਾਂ ਪੈਣੀਆਂ ਕਿ ਤੂੰ ਕੰਮ ਤੋਂ ਢਾਈ ਹੁੰਚੜੀ ਲੋਕਾਂ ਦੇ ਪਹਿਲੇ ਤੂੰ ਢਾਈ ਦੀ ਸਰ ਗਵਰਨਮੈਂਟ ਬੰਦੇ ਦੁਕਾਨਾਂ ਕਿਤੇ ਗਵਰਨਮੈਂਟ ਦੇ ਬੰਦੇ ਤੇ ਨਾਲ ਕੋਈ ਗੱਲ ਨਹੀਂ ਕਰ ਸਕਦੇ ਤੂੰ ਬਲੈਕਮੇਲ ਕਰ ਫੜਨੀ ਹੈ ਤੇ ਮੈਂ तमाम ਪਾਕਿਸਤਾਨੀ ਭਰਾਵਾਂ ਦੋਸਤਾਂ ਨੂੰ ਕਹਾਂਗਾ ਇਹ ਇੱਕ ਬਲੈਕਮੇਲਰ ਹੋ ਰਿਹਾ ਤੇ ਐਲ ਕੋ ਬਚ ਕੇ ਰੋ ਉਹ ਜਿੰਨਾ ਬਚ ਕੇ ਰਹਿ ਸਕਦੇ ਹੋ ਬਚ ਕੇ ਰੋ ਇਹ ਤੁਹਾਨੂੰ ਬਲੈਕਮੇਲ ਕਰੇਗੀ ਕੱਲ ਤੁਹਾਨੂੰ ਪਰੇਸ਼ਾਨ ਕਰੇਗੀ ਅੱਜ ਇਹਨੂੰ ਰੱਬੂ ਖੋਲ ਪੈ ਗਈ ਹੈ ਨਾ ਮੈਂ ਤਾਂ ਬੜਾ ਖੁਸ਼ ਹੋਇਆ ਇਹਨੂੰ ਖੋਲ ਪਈਏ ਠੀਕ ਹੈ ਬਾਸ ਤਮਾਮ ਦੋਸਾਂ ਪਰਵਾਨ ਰਿਕੁਐਸਟ ਕਰਾਂਗਾ ਜਿਨ੍ਹਾਂ ਨੂੰ ਸ਼ੌਕ ਹੈ ਨਾ ਜਿਨ੍ਹਾਂ ਦੇ ਅੰਦਰ ਕੀੜਾ ਹੋਇਆ ਹੈ ਇਹਨੂੰ ਮਿਲਣ ਦਾ ਇਹਨੂੰ ਮਿਲ ਕੇ ਤੁਹਾਨੂੰ ਕੋਈ ਸਵਾਬ ਨਹੀਂ ਲੱਭ ਜਾਣਾ ਉਹੀ ਤੁਸੀਂ ਆਪਣੇ ਭੈਣ ਭਰਾ ਮਾਂ ਪਿਓ ਤੇ ਪੈਸੇ ਖਰਚੋ ਤੇ ਤੁਹਾਨੂੰ ਸਵਾਬ ਹੋਏ ਇਹ ਵੀ ਔਰਤ ਨਾ ਫਿਰ ਕੇ ਵਾਕੇ ਤੁਹਾਨੂੰ ਨੁਕਸਾਨ ਹੋਏਗਾ ਤੁਹਾਨੂੰ ਬਲੈਕਮੇਲ ਕਰੇਗੀ ਕੱਲ ਤੁਹਾਨੂੰ ਕਾਰੋਬਾਰ ਟਰੈਕ ਕਰੇਗੀ ਜਿਵੇਂ ਨਾ ਗੌਰਮੈਂਟ ਦੇ ਕੁ ਬੰਦੇ ਬਲੈਕਮੇਲ ਕਰ ਅਨੇ ਮੇਰੇ ਚਾਚੂ ਸ਼ੇਰ ਰਸ਼ੀਦ ਨੂੰ ਬ੍ਰੈਕ ਮਨ ਕੀਤਾ ਸੀ ਤੇ ਮੈਂ ਮੈਦਾਨ ਚ ਆ ਗਿਆ ਹਾਂ ਓਹ ਮੈਦਾਨ ਚ ਮੈਂ ਤਾਂ ਆਇਆ ਕਿ ਇਹਨੂੰ ਖੁੱਲ ਪਈ ਏ ਖੁੱਲ ਮੈਂ ਤਾਂ ਪੁੱਛਣਾ ਚਾਹੁੰਦਾ ਖੁੱਲ ਕਿਉਂ ਪਈ ਏ ਇਹਨੇ ਕਿਸ ਨੇ ਯਕੀ ਕੀਤੀ ਹੋਣੀ ਕੋਈ ਬੋਲਟ ਪਟਾਕੇ ਕੀਤੀ ਹੋਣੀ ਤਾਂ ਇਹਨੂੰ ਖੁੱਲ ਪਈ ਹੈ ਨਾ ਠੀਕ ਹੈ ਇੰਤਹਾਈ 2 ਨੰਬਰ ਘਟਿਆ ਘਾਰ ਦੀ ਔਰ ਤੇ ਮੇਰੇ ਵੀਰੋ ਭਰਾਓ ਬਚ ਕੇ ਉਹਦੇ ਕੋਲ ਤੇ ਜੋ ਵੀ ਕੀਤਾ ਹਿੰਮ ਸ਼ਾਦੂ ਪਛਾ ਕਰਾਇਆ ਜੋ ਕੁਝ ਕੀਤਾ ਸਹੀ ਕੀਤਾਈ ਲੇਕਿਨ ਆਦੇ ਪਿੱਛੇ ਕੁਦਾਲ ਚ ਕਾਲਾ ਹੈ ਅੱਜ ਕੱਲ੍ਹ ਇਹ ਇੱਕ ਟ੍ਰੈਂਡ ਬਣ ਗਿਆ ਹੈ ਕਿ ਕਿਸੇ ਬੰਦੇ ਨੂੰ ਮਾਰ ਪੈਂਦੀ ਐ ਨਾ ਸੋਸ਼ਲ ਮੀਡੀਆ ਚ 46 ਦਾ ਯੂਰੋ ਪਾ ਜਾਂਦਾ ਐ ਰਹਿਮ ਸ਼ਾਹ ਨੇ ਇੱਕ ਬਲੈਕਮੈਲ ਪ੍ਰਾਪੂ ਗੁੰਡਾ ਕੀਤਾ ਕੋਈ ਇਹਨੂੰ ਚੱਕਰ ਨਹੀਂ ਹੋਇਆ ਹੋਣਾ ਕੋਈ ਖੋਲ ਨਹੀਂ ਪਈ ਹੋਣੀ ਐਨ ਇੱਕ ਪ੍ਰਾਪੂ ਗੁੰਡਾ ਕੀਤਾ ਕਿ ਮੈਂ ਮੈਂ ਇਹਦੇ ਗੱਲ ਦੀ ਮੈਨੂੰ ਯਕੀਨ ਨਹੀਂ ਆ ਜੇ ਸੱਚੇ ਜਾਂ ਝੂਠੇ ਅੱਲਾ ਜਾਣਦਾ ਜੇ ਝੂਠੇ ਤੇ ਅੱਲਾ ਤਾਲਾ ਹਾਰ ਕਰੇ ਜੇ ਸੱਚੇ ਤੇ ਭਾਈ ਅਸੀਂ ਤੇਰੇ ਨਾਲ ਨਾ ਤੈਨੂੰ ਜਿਹੜੀ ਮਾਰ ਪਈ ਐ ਤੈਨੂੰ ਖੋਲ ਪਈ ਐ ਇਹਦੇ ਵਿੱਚ ਅਸੀਂ ਤੇਰੇ ਗੰਭ ਦੇ ਬਰਾਬਰ ਸ਼ਰੀਕ ਆ ਪਰ ਅੱਲਾਹ ਤਾਲਾ ਤੈਨੂੰ ਜੋ ਕੁ ਤੇਰੀ ਗੱਲ ਬਾਤ ਐ ਜੋ ਜੋ ਤੇਰੀ ਕੋਈ ਤੇਰੀ ਪ੍ਰੋਬਲਮ ਅੱਲਾਹ ਤਾਲਾ ਤੇ ਮੁਸ਼ਕਿਲ ਆਸਾਨ ਕਰੇ ਪਰ ਪੁੱਤ ਤੂੰ ਵੀ ਬੰਦੇ ਦੀ ਦੀਵਾਨ ਪਰੇਸ਼ਾਨ ਕਰ ਨਹੀਂ ਦੁਨੀਆ ਨੂੰ ਦੁਨੀਆ ਦੇ ਵਿੱਚ ਦੁਨੀਆ ਦਾ ਹਿਸਾਬ ਹੋ ਜਾਂਦਾ ਬੰਦੇ ਦੀ ਦੀਵਾਨ ਕੇ ਸਾਡੀ ਲੋੜ ਹੋਈ ਤਾਂ ਆਵਾਜ਼ ਮਾਰ ਲਵੇਂ ਅਸੀਂ ਮੈਦਾਨ ਚ ਤੇਰੇ ਨਾਲ ਟੁਰਨ ਦੇ ਕਾਬਿਲ ਹੋ ਜਾਾਂਗੇ ਠੀਕ ਐ ਅਸੀਂ ਤੇਰੇ ਨਾਲ ਆ ਤੂੰ ਸਾਡੇ ਮਹਿਕਮੇ ਦੀ ਬੱਚੀ ਐ ਮਹਿਕਮੇ ਦਾ ਮਤਲਬ ਕਿ ਸੋਸ਼ਲ ਮੀਡੀਆ ਦੀ ਹੀ ਰੋਏ ਹੀਰੋ ਐ ਹੀਰੋ ਹੂੰ ਤੂੰ ਨਹੀਂ ਰਹੀ ਹੀਰੋ ਠੀਕ ਹੈ ਹੂੰ ਤੂੰ ਫਸ ਹੋ ਗਈਂ ਫਿਰ ਵੀ ਅਸੀਂ ਤੇਰੇ ਨਾਲ ਆ ਠੀਕ ਹੈ ਹਾਂਦਾਨ ਤੇਰਾ ਕਿੱਡਾ ਜੈ ਸੈਇਦ ਘਰਾਨੇ ਤੋਂ ਹੋਰ ਅਜ਼ਾਸ ਹੈ ਆਪਣੇ ਹਾਂਦਾਨਦਾਰ ਨੂੰ ਵੀ ਤੂੰ ਦਾਗ ਲਾਇਆ ਹੈ ਸੈਇਦ ਲੋਕਾ ਦੇ ਅੱਛੇ ਲੋਕ ਹੁੰਦੇ ਨੇ ਹਾਂਦਾਨੀ ਲੋਕ ਹੁੰਦੇ ਨੇ ਉਹਨੇ ਤੇ ਇੱਥੇ ਆ ਪੈਣਾ ਸੋਸ਼ਲ ਮੀਡੀਆ ਤੇ ਨਹੀਂ ਆਂਦੀਆਂ ਤੂੰ ਵਾਹ ਸੈਇਦ ਉਹ ਰਤ ਜਿਹੜੀ ਅਲਗੁਲਾ ਕਰਨੀ ਵੀ ਹੈ ਸੋਸ਼ਲ ਮੀਡੀਆ ਤੇ ਆ ਕੇ ਮਨੂੰ ਤਾਂ ਇਹ ਹੀ ਅਫਸੋਸ ਹੈ ਸੈਦਾਂ ਦਾ ਨਾਂ ਹੀ ਨਾ ਛਾ ਹੁੰਦਾ ਨਾ ਛਕਰਾ ਨਾ ਹੁੰਦਾ ਉਹ ਲੋਕ ਹੈ ਬਾਜ਼ਿਆਤੀ ਕੰਮ ਨਹੀਂ ਕਰਦੇ ਤੂੰ ਸੈਦਾਂ ਦੇ ਨਾਂ ਨੂੰ ਦਾਸ ਦੱਪਾ ਲਾਇਆ ਠੀਕ ਹੈ ਮੈਂ ਤੇ ਸੈਦਾਂ ਦੀ ਬੜੀ ਇੱਜ਼ਤ ਕਰਨਾ ਇਤਰਾਮ ਕਰਨਾ ਸੈਯਦ ਲੋਕ پاک ਅੱਸੀ ਲੋਕ ਨੇ ਅ ਅ ਅਦਾ ਮਾਮਸਾਂ ਦੀ ਲੜੀ ਦੇ ਮੰਨਣ ਵਾਲੇ ਲੋਕ ਹੁੰਦੇ ਨੇ ਲੜੀ ਦੇ ਲੋਕ ਹੁੰਦੇ ਨੇ ਉਹਨਾਂ ਦਾ ਤੇ ਚਾਲ ਚਰਨ ਹੀ ਹੋਰ ਹੁੰਦੀ ਉਹਨਾਂ ਦਾ ਅੰਦਾਜ਼ ਹੀ ਹੋਰ ਹੁੰਦਾ ਤੂੰ ਤੇ ਉਹਨਾਂ ਦਾ ਨਾਂ ਸਮਾਲ ਕੇ ਉਹਨਾਂ ਨੂੰ ਨਾ ਖਰਾਬ ਕਰੀਂ ਖੁਦਾ ਵਾਲਾ ਵਾਤਾ ਹੀ ਆਪਣੇ ਲੱਭ ਕੇ ਗਏ ਔਲਾਦ ਸੈਯਦ ਆਪਣੇ ਨੂੰ ਸૈયਦ ਨਾ ਕਿਹਾ ਕਰ ਤੂੰ ਕੋਈ ਹੋਰ ਲਫਜ਼ ਲਾ ਲੈ ਖੁਦਾ ਰਵਾਤੇ ਸૈયਦ ਜਾਨ ਦਾ ਨਾਮ ਨਾ ਲੈ ਕਰੋ ਬਹੁਤ پاک ਲੋਕ ਨੇਕ ਲੋਕ ਨੇ ਉਹਨਾਂ ਦਾ ਨਾਮ ਨਾ ਸਿਮਾਕ ਕਰ ਠੀਕ ਹੈ ਮੈਂ ਸૈયਦ ਬਰਾਦਰੀ ਦਾ तमाम ਸૈયਦ ਉਲਮਾ ਜਿਨਵੀ ਨੇ ਮੈਂ ਤਾਂ ਉਹਨਾਂ ਦਾ ਭਾਈ ਅ ਪਹਿਲਾਂ ਦਾ ਜੁੱਤੀ ਦੀ ਪਹਿਲਾਂ ਦੀ ਮੈਲ ਤੇ ਸਤਕੇ ਵੀ ਨਹੀਂ ਕੁਝ ਆ ਉਹ ਉੱਚੇ ਲੋਕ ਨੇ ਉੱਚੀਆਂ ਗੱਲਾਂ ਉੱਚੀਆਂ ਬਾਤਾਂ ਨੇ ਉਹ ਐਵੇਂ ਘਟੀਆਂ ਕੰਮ ਨਹੀਂ ਕਰਦੇ ਤੂੰ ਉਹਨਾਂ ਦਾ ਨਾਮ ਸਿਮਾਕ ਕਰਕੇ ਆਪਣੇ ਆਪ ਨੂੰ ਪਰੇਸ਼ਾਨ ਨਾ ਕਰ ਆਵਾਮ ਨੂੰ ਨਾ ਪਰੇਸ਼ਾਨ ਕਰ ਬੰਦਰ ਦੇ ਪੁੱਤਰ ਬੰਦ ਤੁਹਾਡੇ ਲੈ ਕੇ ਲੋੜੀ ਦੀ ਆਵਾਜ਼ ਮਾਰਦੀ ਆਦਰ ਹੋ ਜਾਣਗੇ